I have some bad news to tell and a good news, sort of good news to tell as well. Me and Preet are separated. The reason? What's the reason that we separated? Sat Sri Akal, welcome to my channel. ये वीडियो मैं बना रहा अज तरीक हैगी 29 जून 2023। एक पहला वीडियो बनाई सी मैं, यही वीडियो दोबारा बना लगा जस्ट बिकॉज जो मैं वो वीडियो बनाई सी मैं बहुत ज़्यादा इमोशनल सी। कई गल्लां विचों मैं कह कई जड़ियाँ मैं नहीं कहनिया चाहिए सी। सो किसी बारे नहीं, जस्ट हुण जो मैं वो वीडियो देखी मैनू इदा लगा कि आ इट्स जस्ट टू क्रिंजी, लाइक कि मैं की कही जा रहा, की बोली जा रहा। मे बी थोड़े बहुत क्लिप वो मैं ला दूंगा, सो तुसी अगे देखोगे। हुण मैं कहना आया देखो, सवेर दे 6 बजे इतने न्यूजीलैंड दे विच ते जाग तां मैनू आ गई सी, 1 घंटा 1.5 घंटा हो गया। इहनू अज हैगी छुट्टी, संडे आ ते घर ही आ। बाकी आई हैव सम बैड न्यूज टू टैल एंड अ गुड न्यूज सॉर्ट ऑफ गुड न्यूज टू टैल एज वैल। बैड न्यूज ये आ भई मी एंड प्रीत आर सेपरेटेड। उहदा रीजन ये आ भई साडे ओपीनियन एंड एवरीथिंग वर डिफरेंट, ते If she was going to east, I was going to west. एक ये गल सी। दूजा लाइक एक म्यान दे विच दो तलवारां वैसे नहीं रह सकदियां। सो जस्ट दैट एंड वी आर सैपरेटड बेसिकली, ऑफिशियली वी आर सैपरेटड लाइक फ्रॉम नाउ प्रॉबली अबाउट 1 महीना दे 20 दिन हो गए। बाकी We will raise Adam together. We are still a family who is going to raise the kid. बच्चे लई कोई भी ट्रॉमा या किसी चीज़ का कोई प्रॉब्लम ना आए, सो वी विल बी रेजिंग द बेबी टूगैदर। बट जस्ट डिफरेंट पाथ्स, वी बोथ हैव डिफरेंट पाथ्स। शी इज़ गोइंग ऑन हर पाथ, आई एम गोइंग ऑन माई पाथ, ते बाकी बच्चा विल बी रेजिंग इन बिटवीन बोथ ऑफ अस। बाकी अगे तुसी हुण वीडियो देख लो जिहड़ी पुरानी वीडियो सी। जिहड़ा भी मेरा रिश्तेदार जां कोई मेरा फ्रेंड जिहड़ा मेरी केयर करदा, प्लीज़ 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 मैनू फोन करके सलाह ना दिओ, क्योंकि जां मैनू ये ना पुछी जाओ भी की होया, दस कली कली गल दस, मैं नहीं दसनी क्योंकि आई हैव माई परसनल रीजनस। एंड ਜਦੋਂ ਮੈਂ ਉਹ ਚੀਜ਼ਾਂ ਬਾਰ ਬਾਰ ਸੋਚਦਾ ਹਾਂ ਤਾਂ ਇਟਸ ਲਾਈਕ ਆਈ ਵਾਂਟ ਟੂ ਮੂਵ ਔਨ। ਮੈਨੂੰ ਵੀ ਮੰਨਿਆ ਮੈਂ ਮੂਵ ਔਨ ਹੋਣਾ ਆ। ਇਟਸ ਬੀਨ ਅ ਮੰਥ ਦੈਟ ਇਟਸ ਹਾਰਡ, ਇਟਸ ਵੈਰੀ ਹਾਰਡ। ਬਾਕੀ ਗੁੱਡ ਨਿਊਜ਼ ਇਹ ਸੀ ਬਈ ਡੈਡੀ ਇਜ਼ ਕਮਿੰਗ ਟਮੋਰੋ। ਆਲਮੋਸਟ 5.5 ਸਾਲ ਹੋ ਗਏ ਡੈਡੀ ਨੂੰ ਨਹੀਂ ਮਿਲਿਆ। ਲਾਸਟ ਟਾਈਮ ਜਦੋਂ ਡੈਡੀ ਨੂੰ ਮਿਲਿਆ ਸੀ ਤਾਂ ਮੰਮੀ ਦੀ ਡੈਥ 'ਤੇ ਮਿਲਿਆ ਸੀਗਾ ਇੰਡੀਆ ਦੇ ਵਿੱਚ। ਡੈਡੀ ਇਸ ਟਾਈਮ ਹੈਗੇ ਆ ਬਰੂਨਾਈ, ਉਹ ਦੇਸ਼ ਆ, ਛੋਟਾ ਜਿਹਾ ਦੇਸ਼ ਆ, ਸਿੰਗਾਪੁਰ ਦੇ ਨਾਲ ਹੀ ਆ। ਬਹੁਤਿਆਂ ਨੇ ਆਪਾਂ ਨਹੀਂ ਸੁਣਿਆ ਹੈਗਾ, ਪਰ ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ ਹੋ ਗਿਆ ਆਲਮੋਸਟ 40 ਸਾਲ, ਅਤੇ ਉਹਨਾਂ ਦਾ ਵਿਆਹ ਵੀ ਉੱਥੇ ਹੋਇਆ ਸੀਗਾ। ਮੰਮੀ ਡੈਡੀ ਮਿਲੇ ਵੀ ਉੱਥੇ ਸੀ, ਮੰਮੀ ਵੀ ਉੱਥੇ ਸੀ, ਤਾਂ ਵਿੱਚ ਵਿਚੋਲਾ ਸੀ ਤਾਂ ਉਹਨੇ ਰਿਸ਼ਤਾ ਕਰਾਤਾ ਮੰਮੀ ਡੈਡੀ ਦਾ। ਮੰਮੀ ਉੱਥੇ ਰਹੇ, ਫਿਰ 2 ਭੈਣਾਂ ਹੋਈਆਂ, ਭੈਣਾਂ ਨੂੰ ਲੈ ਕੇ ਮੰਮੀ ਇੱਥੇ ਆ ਗਏ, ਇੰਡੀਆ ਆ ਗਏ ਸੀਗੇ, ਤਾਂ ਭੈਣਾਂ ਦੀ ਸਟੱਡੀ ਵਗੈਰਾ ਸਾਰੀ ਉੱਥੇ ਹੋਈ। ਡੈਡੀ ਵਾਸ ਦਾ ਓਨਲੀ ਵਨ ਹੂ ਵਾਸ ਵਰਕਿੰਗ ਫੋਰ ਅਸ, ਅਤੇ ਜੋ ਘਰ ਬਾਰ ਬਣਾਇਆ ਸਾਰਾ ਕੁਛ ਉਹਨਾਂ ਨੇ ਬਣਾਇਆ। ਯਾ ਸੋ ਹੀ ਇਜ਼ ਕਮਿੰਗ ਟੂ ਨਿਊਜ਼ੀਲੈਂਡ ਟਮੋਰੋ। ਸੋ ਟੂਡੇ ਸੰਡੇ, ਹੀ ਇਜ਼ ਕਮਿੰਗ ਟਮੋਰੋ ਮੰਡੇ। ਮੰਡੇ ਨੂੰ ਆ ਰਿਹਾ ਸਵੇਰੇ 8:30 ਵਜੇ, 8:15 ਵਜੇ ਲੈਂਡ ਹੋਣੀ ਫਲਾਈਟ। ਆਈ ਵਾਂਟ ਟੂ ਬੀ ਵੈਰੀ ਵੈਰੀ ਹੈਪੀ, ਸ਼ੋ ਦ ਐਕਸਾਈਟਮੈਂਟ, ਬਟ ਮੈਨੂੰ ਹੋ ਨਹੀਂ ਰਹੀ ਬੈਰਾਂ ਨੂੰ ਵਾਏ।
maybe that I'm not happy inside shaitan karke ho nahi rahi. It's not that I don't love dad, it's just me, I don't know. ਮੈਨੂੰ ਆਪ ਨਹੀਂ ਪਤਾ ਮੈਨੂੰ ਕਿਉਂ ਚਾਅ ਜਿਹਾ ਨਹੀਂ ਚੜ ਰਿਹਾ ਵੀ ਆਉਣਾ ਆ ਸ਼ਾਇਦ ਜਦੋਂ ਇਹੀ ਜੇ ਡੈਡੀ ਨੇ ਆਉਣਾ ਹੁੰਦਾ ਡੈਡੀ ਦਾ ਵੀਜ਼ਾ ਲੱਗ ਗਿਆ ਸੀਗਾ ਦਸੰਬਰ ਦਾ ਹੁਣ ਜੂਨ ਹੋ ਗਿਆ ਅਤੇ ਉਹਨਾਂ ਦਾ ਪਾਸਪੋਰਟ ਨਹੀਂ ਮਿਲ ਰਿਹਾ ਸੀਗਾ ਅਤੇ ਅੱਜ ਕੱਲ੍ਹ ਪਾਸਪੋਰਟ ਮਿਲਿਆ ਅਤੇ ਉਹਨਾਂ ਨੇ ਟਿਕਟ ਲਈ ਅਤੇ ਆ ਜਾਣ ਲੱਗੇ ਆ ਜੇ ਇਹੀ ਡੈਡੀ ਨੇ ਆਉਣਾ ਹੁੰਦਾ ਖੁਸ਼ੀਆਂ ਦੇ ਵਿੱਚ ਜਦੋਂ ਅਦਮ ਹੋਇਆ ਤਾਂ ਮੇ ਬੀ ਸ਼ਾਇਦ ਆਈ ਵੁੱਡ ਬੀਨ ਵੈਰੀ ਹੈਪੀ ਦੈਟ ਹੀ ਇਜ਼ ਕਮਿੰਗ ਪਰ ਹੁਣ ਜਿੱਦਾਂ ਉਹਨਾਂ ਨੇ ਆਉਣਾ ਐਜ਼ ਅ ਡੈਡ ਆਈ ਕੈਨ ਰੀਅਲਾਈਜ਼ ਐਂਡ ਸੀ ਹਾਓ ਮੈਂਟਲੀ ਅਪਸੈਟ ਕਿੰਨੇ ਹੋਣਗੇ ਕਿ ਇੱਦਾਂ ਇੱਕ ਬੰਦਾ ਸੋਚਦਾ ਚਲੋ ਘਰ ਵਾਲੀ ਭਾਵੇਂ ਮੇਰੀ ਹੈ ਨਹੀਂ ਚਲੋ ਭੈਣਾਂ ਦੋਨੋਂ ਸੈੱਟ ਹੋ ਗਈਆਂ ਵਿਆਹ ਹੋ ਗਿਆ ਉਹਨਾਂ ਦਾ ਬੱਚੇ ਆ ਮੁੰਡਾ ਵੀ ਚਲੋ ਵਿਆਹਿਆ ਗਿਆ ਸੈੱਟ ਹੋ ਗਿਆ ਅਤੇ ਮੁੰਡੇ ਦਾ ਗਾਂਹ ਫਿਰ ਇੱਕ ਮੁੰਡਾ ਹੋ ਗਿਆ ਐਂਡ ਹੀ ਵੁੱਡ ਬੀਨ ਹੈਪੀ ਅਤੇ ਜੇ ਉਦੋਂ ਆਉਂਦੇ ਸ਼ਾਇਦ ਮੈਨੂੰ ਵੀ ਖੁਸ਼ੀ ਖੁਸ਼ੀ ਚਾਅ ਚਾਅ 'ਚ ਲੈ ਕੇ ਆਉਣਾ ਸੀ ਹੁਣ ਉਹ ਆ ਰਹੇ ਆ ਤਾਂ ਇਟਸ ਗੋਇੰਗ ਟੂ ਬੀ ਅ ਸੈਡ ਫੋਰ ਹਿਮ ਟੂ ਸੀ ਦੈਟ ਆਮ ਬਾਏ ਮਾਇਸੈਲਫ ਹੇਅਰ ਅਤੇ ਕਿਤੇ ਨਾ ਕਿਤੇ ਬੰਦਾ ਇਹ ਸੋਚਦਾ ਵੀ ਮੈਂ ਮਸੀਂ ਵਿਹਲਾ ਹੋਇਆ ਸੀ ਅਤੇ ਸ਼ਾਇਦ ਹੁਣ ਉਹ ਚੀਜ਼ਾਂ ਹੁਣ ਇੱਕ ਹਿਸਾਬ ਦਾ ਲੱਗਣਾ ਵੀ ਫਿਰ ਜ਼ਿੰਮੇਵਾਰੀ ਜੀ ਪੈ ਗਈ ਹੈ ਨਾ ਬਟ ਇਟਸ ਨੋਟ ਦੈਟ ਉਹਨਾਂ 'ਤੇ ਕੋਈ ਜ਼ਿੰਮੇਵਾਰੀ ਨਹੀਂ ਫਿਰ ਵੀ ਐਜ਼ ਅ ਫਾਦਰ ਆਈ ਕੈਨ ਥਿੰਕ ਲਾਈਕ ਦੈਟ ਜੋ ਵੀ ਵੀਡੀਓਜ਼ ਵਗੈਰਾ ਇਸੇ ਚੈਨਲ 'ਤੇ ਆਉਣਗੀਆਂ ਹੁਣ ਪੁਰਾਣਾ ਚੈਨਲ ਮੇਰੇ ਕੋਲ ਨਹੀਂ ਹੈਗਾ ਉਹਦਾ ਐਕਸੈਸ ਅਤੇ ਟਿਕਟੋਕ ਦਾ ਐਕਸੈਸ ਵੀ ਹੈ ਨੀਗਾ ਬਾਕੀ ਮੇਰੇ ਤੋਂ ਆਪਣਾ ਟਿਕਟੋਕ ਹੈਗਾ ਅਤੇ ਉੱਥੇ ਫੋਲੋਵਰਸ ਨਹੀਂ ਹੈਗੇ ਜ਼ਿਆਦਾ ਸੋ ਆਈ ਐਮ ਨੋਟ ਸ਼ੋਰ ਕਿ ਹਾਓ ਆਈ ਐਮ ਗੋਇੰਗ ਟੂ ਸ਼ੇਅਰ ਦਿਸ ਵੀਡੀਓ ਮਾਈ ਚੈਨਲ ਪਰ ਜੇ ਕਿਸੇ ਨੂੰ ਵਧੀਆ ਲੱਗਦਾ ਹੋਵਾਂ ਮੈਂ ਜਾਂ ਆਈ ਡੋਨਟ ਨੋ ਜੇ ਕੋਈ ਚਾਹੁੰਦਾ ਹੋਵੇ ਵੀ ਲੱਤ ਖਿੱਚਣ ਵਾਲਾ ਜਿਹੜਾ ਬੰਦਾ ਨਹੀਂ ਹੈਗਾ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਓ ਜੇ ਨਹੀਂ ਕਰਨਾ ਹੋਇਆ ਚੱਲ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ ਵੀ ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਅਤੇ ਆਪਾਂ ਵੀ ਵਿਲ ਫਾਇੰਡ ਅ ਵੇ ਬਾਕੀ ਇੱਕ ਹੋਰ ਰੀਜ਼ਨ ਹੈਗਾ ਡੈਡੀ ਨੂੰ ਜਿੱਦਾਂ ਹੈ ਨਾ ਆਈ ਕੁਡਨਟ ਸਪੈਂਡ ਟਾਈਮ ਵਿਦ ਡੈਡ ਲਾਈਕ ਹੁਣ ਮੈਂ 27 ਸਾਲ ਦਾ ਹੋ ਗਿਆ ਜਦੋਂ ਮੈਂ ਬੋਰਨ ਹੋਇਆ ਡੈਡੀ ਵਾਜ਼ ਆਲਵੇਜ਼ ਲਾਈਕ ਵਰਕਿੰਗ 2 ਸਾਲ ਕੰਮ 'ਤੇ ਅਤੇ ਮਹੀਨਾ ਕੁ ਲਈ ਆ ਜਾਣਾ ਛੁੱਟੀ ਇੰਡੀਆ ਉਹਨਾਂ ਨੇ ਫਿਰ ਚੱਲ ਜਾਣਾ ਆ ਜਾਣਾ 2 ਸਾਲਾਂ ਬਾਅਦ ਅਤੇ ਉਹ ਸਾਡਾ ਕਨੈਕਸ਼ਨ ਜਿੱਦਾਂ ਨਾ ਇੱਕ ਬਣ ਨਹੀਂ ਪਾਇਆ ਬਣਿਆ ਇਟਸ ਨੋਟ ਦੈਟ ਆਈ ਲਾਈਕ ਆਈ ਲਵ ਹਿਮ ਹੀ ਲਵਸ ਮੀ ਇੱਕ ਜਿਹਦਾ ਪਿਓ ਜਿੱਦਾਂ ਹੈ ਨਾ ਮਾਂ ਦੇ ਨਾਲ ਜਿੱਦਾਂ ਜ਼ਿਆਦਾ ਅਟੈਚਮੈਂਟ ਹੋ ਗਈ ਕਿਉਂਕਿ ਮਾਂ ਦੇ ਨਾਲ 24 ਘੰਟੇ ਰਹਿਣਾ ਗਾਲਾਂ ਵੀ ਸੁਣਨੀ ਆ ਅਤੇ ਉਹ ਚੀਜ਼ ਫਿਰ ਕਿਤੇ ਨਾ ਕਿਤੇ ਜੇ ਕਦੇ ਕੋਈ ਗੱਲ ਕਹਾਉਣੀ ਹੁੰਦੀ ਸੀ ਮੰਮੀ ਨੂੰ ਕਹਿ ਦੇਣਾ ਮੰਮੀ ਕਹਿ ਦਿਉ ਡੈਡੀ ਨੂੰ ਬਈ ਇੱਦਾਂ ਕਰ ਦੇਣ ਅਤੇ ਉਹ ਫਿਰ ਮੰਮੀ ਨੇ ਵਿਚੋਲਾ ਵਿੱਚ ਪੈ ਕੇ ਤਾਂ ਗੱਲ ਸੁਲਝਾ ਦੇਣੀ ਅਤੇ ਹੁਣ ਜਿੱਦਾਂ ਸਾਡਾ ਇਹ ਮੈਂ ਅਤੇ ਡੈਡ ਦੇ ਵਿੱਚ ਜਿਹੜਾ ਕੋਮਨ ਇੱਕ ਵਿਚੋਲਾ ਸੀ ਉਹ ਜਿੱਦਾਂ ਹੁਣ ਨਹੀਂ ਹੈਗਾ ਤਾਂ ਕਿਤੇ ਨਾ ਕਿਤੇ ਆਈ ਫੀਲ ਬਿਟ ਨਰਵਸ ਕਿ ਹਾਓ ਆਮ ਗੋਨਾ ਡੈਡੀ ਨਾਲ ਕਿੱਦਾਂ ਰਹੂੰਗਾ ਅਤੇ ਜਿੱਦਾਂ ਇੱਥੇ ਹੁਣ ਮੈਂ ਕੰਮ 'ਤੇ ਚੱਲ ਜਾਣਾ ਪਿੱਛੋਂ ਡੈਡੀ ਇਕੱਲੇ ਹੋਣੇ ਆ ਅਤੇ ਮਾਇੰਡ ਓਵਰ ਥਿੰਕ ਹੋ ਰਿਹਾ ਫਿਰ ਕਿਉਂਕਿ ਓਲਰੇਡੀ ਹੋਇਆ ਪਿਆ ਫਿਰ ਕਦੀ ਕਦੀ ਮੰਮੀ ਦੀਆਂ ਗੱਲਾਂ ਨੂੰ ਮਿਸ ਕਰੀ ਦੀਆਂ ਜਿੱਦਾਂ ਤੁਹਾਨੂੰ ਮੈਂ ਦਿਖਾਉਂਦਾ ਮੈਂ ਮੇਰੇ ਤੋਂ ਨਾ ਆਪਣੇ ਮੰਮੀ ਦੀ ਉਹ ਮੈਸੇਜਿਸ ਪਏ ਆ ਹਜੇ ਵੀ 2017 ਦੇ ਮੈਸੇਜਿਸ ਪਏ ਆ 18 ਦੇ ਵੀ 17 'ਚ 18 'ਚ ਪੂਰੇ ਹੋ ਗਏ ਸੀਗੇ ਅਤੇ 17 ਦੇ ਮੈਸੇਜਿਸ ਪਏ ਆ ਉਹਨਾਂ ਦੇਖੋ ਸੁਣੇ ਹਾਂ ਮੁੱਤੂ ਕੱਲ੍ਹ ਮੈਸੇਜ ਆ ਗਏ ਪੈਸੇ ਪਹੁੰਚ ਗਏ ਹੋਏ ਆ ਹੈ ਮੇਰੇ ਪੋਤਰੇ ਨਿੱਕੇ ਨਿੱਕੇ ਹੱਥਾਂ ਦੀ ਕਮਾਈ ਪਹੁੰਚ ਗਈ ਆ ਹੈ ਓਕੇ ਓਕੇ ਠੀਕ ਹੈ ਬਾਕੀ ਕੋਈ ਨਹੀਂ ਮੈਂ ਅੱਜ ਦੂਜੇ ਪੜਨਾ ਆ ਹੋਰ ਟੋਟਲ 2 ਲੱਖ ਕਿੰਨੇ ਕਿੰਨੇ 62,000 ਬਣਦਾ ਏ ਉਹ ਭੇਜ ਦੇਣਾ ਹੋਰ ਅਤੇ ਤੁਹਾਨੂੰ ਜਾਂ ਮੰਡੇ ਜਾਂ ਮਿਲ ਜਾਣਗੇ ਜਾਂ ਤਾਂ ਤੁਹਾਡੇ ਦਿਨ ਮਿਲ ਜਾਣਗੇ ਹਾਂਜੀ ਮੁੱਤੂ ਪੈਸੇ ਦੂਜੇ ਵੀ ਮਿਲ ਗਏ ਮੈਸੇਜ ਆ ਗਿਆ ਹਾਂਜੀ ਯਾਰ ਦੁਬਾਰਾ ਦੱਸ
ਛਾਂ ਛਾਂ ਹੀ ਕਰੀ ਜਾਂਦਾ, ਗੱਲ ਵੀ ਨਹੀਂ ਸੁਣਦੀ ਜਿਹੜੀ ਤੁਸੀਂ ਵਿੱਚ। ਹਾਂਜੀ ਬੇਟਾ ਜੀ, ਪਤਾ ਨਹੀਂ ਕੀ ਪ੍ਰੋਬਲਮ ਪੈ ਗਈ ਅੱਜ ਫੋਨ ਵਿੱਚ, ਛਾਂ ਛਾਂ ਹੀ ਕਰੀ ਜਾਂਦਾ, ਗੱਲ ਵੀ ਨਹੀਂ ਸੁਣਦੀ ਜਿਹੜੀ ਤੁਸੀਂ ਵਿੱਚ ਕੀਤੀ ਆ, ਦੱਸੀ ਆ ਕੁਛ। ਆ ਮੈਂ ਨਾ ਮੰਮੀ ਲਈ ਕਵਿਤਾ ਲਿਖੀ ਸੀ। ਆਹ ਤਾਂ ਨੋ ਕਵਿਤਾ ਕੀ ਆ, ਐਵੇਂ ਦਿਲ ਦਾ ਉਬਾਲ ਜਿਹਾ ਕੱਢਿਆ ਸੀ। ਰਾਤ ਦੇ 10 ਵਜੇ ਸੀਗੇ, July 1, 2022 ਦੀ ਗੱਲ ਆ, ਪਿਛਲੇ ਸਾਲ ਦੀ। ਬਾਕੀ ਲਿਖਣਾ ਲੁਖਣਾ ਤਾਂ ਮੈਨੂੰ ਆਉਂਦਾ ਵੀ ਨਹੀਂ ਗਾ, ਐਵੇਂ ਬਸ ਮਨ ਸੈਡ ਸੀ ਤਾਂ ਮੈਂ ਮੰਮੀ ਨੂੰ ਮੈਸੇਜ ਘੱਲ ਦਿੱਤਾ। ਇੱਦਾਂ ਆ, ਮੰਮੀ ਦਾ ਨਾਂ DSP ਮੈਂ ਤਾਂ ਪਾਇਆ ਹੁੰਦਾ ਸੀ ਵੀ ਮੰਮੀ ਦੀ ਜਿੱਦਾਂ ਇੱਕ ਹਿਸਾਬ ਦੀ ਘਰ ਦੇ ਵਿੱਚ ਚੱਲਦੀ ਤਾਂ ਚਲੋ ਫਿਰ ਵੀ ਡੈਡ ਦੀ ਸੀ, ਡੈਡੀ ਦੀ ਸੀ ਕਿਤੇ ਨਾ ਕਿਤੇ, ਬਟ ਮੰਮੀ ਵਾਸ ਦ ਵਨ ਹੂ ਹੈਂਡਲਡ ਦ ਹਾਊਸ, ਜਿੱਦਾਂ ਘਰ ਸੰਭਾਲਦੀ ਹੁੰਦੀ ਜਨਾਨੀ। ਤਾਂ ਮੈਂ ਫਿਰ ਨਾਂ DSP ਰੱਖਿਆ ਸੀ ਮੰਮੀ ਦਾ। ਅਤੇ ਹੁਣ ਜਦੋਂ ਮੇਰਾ ਕਈ ਵਾਰੀ ਮਾਇੰਡ ਜਾਂ ਮੂਡ ਨਹੀਂ ਸੈੱਟ ਹੁੰਦਾ, ਸੁਣ ਲਈਦੇ ਮੈਸੇਜ, ਆਸਰਾ ਜਿਹਾ ਹੋ ਜਾਂਦਾ ਵੀ ਸ਼ੀ ਸਟਿਲ ਹੇਅਰ। ਜਾਂ ਮੈਂ ਮੈਸੇਜ ਘੱਲ ਦਿੰਦਾ ਕਈ ਵਾਰੀ, ਜੇ ਤਾਂ ਹੁਣ ਤੁਸੀਂ ਦੇਖੋਗੇ ਵੀ ਹੁਣ ਤੱਕ ਮੈਸੇਜ ਘੱਲ ਦਿੰਦਾ ਮੈਂ ਬੋਲ ਕੇ ਲਿਖ ਕੇ, ਵੀ ਚੱਲ ਜਾਣਾ ਤਾਂ ਕਿਤੇ ਨਹੀਂ ਗਾ, ਐਟਲੀਸਟ ਆਪਣੇ ਮਨ ਦੀ ਤਸੱਲੀ ਜੀ ਹੋ ਜਾਂਦੀ ਵੀ ਇਟਸ ਮੇਰੇ ਮਾਇੰਡ ਤੋਂ ਨਿਕਲ ਗਈ ਚੀਜ਼ ਉਹ, ਹੈ ਨਾ। ਮੈਂ ਇਹ ਲਿਖਿਆ ਸੀ, ਲੋਕੋ ਮਾਂ ਚੀਜ਼ ਉਹ ਜੋ ਲਈ ਰੱਬ ਨੇ ਭਾਵੇਂ ਮੇਰੇ ਕੋਲੋਂ ਖੋ, ਪਰ ਕਦੇ ਵੀ ਘਟਿਆ ਨਹੀਂ ਮੇਰੇ ਦਿਲ 'ਚੋਂ ਉਹਦੇ ਲਈ ਮੋਹ। ਮੇਰੇ ਨਾਲ ਬੜੇ ਲਾਡ ਲੜਾਉਂਦੀ, ਪੁੱਠੇ ਸਿੱਧੇ ਨਾ ਸੀ ਪਾਉਂਦੀ, ਕਦੇ ਨਿੱਕੀ ਜੀ ਸੁਣਦੀ ਕਦੇ ਆਖ ਬੁਲਾਉਂਦੀ ਮੋਤੀ। ਦਿਲ 'ਚੋਂ ਨਿਕਲਦੀ ਆ ਕੂਕ ਜਦੋਂ ਤੇਰੀ ਨਿੱਕੀ ਜੀ ਸੁਣਦੀ ਹੁੰਦੀ ਆ ਸੁੱਤੀ। ਮਾਂ ਅੱਜ ਜੇ ਮੇਰੇ ਘਰ ਹੁੰਦੀ ਆ ਧੀ, ਮੈਂ ਤਾਂ ਮੈਂ ਤੈਨੂੰ ਦੇਖੂੰਗਾ ਉਹਦੇ ਵਿੱਚੋਂ। ਨੀਡ ਟੂ ਐਡਿਟ ਦੈਟ। ਮੈਂ ਉਦੋਂ ਆਈ ਵਾਜ਼ ਨਾਟ ਸ਼ੋਰ ਅਬਾਊਟ ਦ ਜੈਂਡਰ, ਜੁਲਾਈ ਦੇ ਵਿੱਚ ਸਾਨੂੰ ਪਤਾ ਨਹੀਂ ਸੀਗਾ ਵੀ ਬੇਬੀ ਦਾ ਜੈਂਡਰ ਕੀ ਹੋਣਾ। ਸੋ ਇਫ ਦੇ ਵਾਜ਼ ਅ ਗਰਲ, ਮੈਂ ਮੰਮੀ ਦੇ ਨਾਂ ਤੋਂ, ਮੰਮੀ ਦਾ ਨਾਂ ਗੁਰਮੇਲ ਕੌਰ ਸੀ, ਮੈਂ ਕਿਹਾ ਸੋਚਦਾ ਸੀ ਵੀ ਉਹ ਰੱਖਾਂਗੇ। ਮੈਮ ਨੋਟ ਡਿਸਅਪੋਇੰਟਡ ਦੈਟ ਇਟਸ ਨੋਟ ਅ ਗਰਲ, ਆਈ ਐਮ ਹੈਪੀ ਦੈਟ ਇਟਸ ਅ ਬੋਏ ਐਜ਼ ਵੈਲ, ਆਈ ਲਵ ਅਦਮ ਅਨਕੰਡੀਸ਼ਨਲੀ। ਜਿੱਦਾਂ ਮੈਂ ਸੋਚਦਾ ਸੀ ਵੀ ਰਹਿਣ ਨੇ ਪਰਤ ਦਿੱਤਾ ਇੰਨੀ ਪੇਨ ਸਹੀ, ਫਿਰ ਐਪੀਡਰੂਰਲ ਵੀ ਲਵਾ ਲਿਆ ਅਤੇ ਤੁਸੀਂ ਤਾਂ ਉਹ ਵੀ ਨਹੀਂ ਲਵਾਇਆ। ਤੁਹਾਡੇ ਤਾਂ ਤਿੰਨ ਬੱਚੇ ਹੋਏ, ਟਾਂਕੇ ਵੀ ਲੱਗੇ ਢੇਡ 'ਤੇ। ਇਟ ਵਾਜ਼ ਵੈਰੀ ਹਾਰਡ, ਆਈ ਰਿਸਪੈਕਟਡ ਯੂ ਬਿਫੋਰ ਬਟ ਆਈ ਨਾਓ ਰਿਸਪੈਕਟ ਯੂ ਮੋਰ ਬਿਫੋਰ ਸੀਇੰਗ ਵਟ ਹੈਪਨਸ ਇਨ ਦੈਟ ਰੂਮ। ਹੁਣ ਕੱਲ੍ਹ ਨੂੰ ਜਾਂਦੇ ਹਾਂ, ਡੈਡੀ ਨੂੰ ਲੈ ਕੇ ਆਵਾਂਗੇ ਏਅਰਪੋਰਟ ਤੋਂ, ਜ਼ਿਆਦਾ ਲੰਬੀ ਨਾ ਹੋਵੇ ਵੀਡੀਓ। ਸੋ ਯੈਪ, ਦੈਟਸ ਇਟ।